ਮਿੰਟੂ ਜੀ, ਖਬਰਾਂ ਵੱਲ ਆਪਾਂ ਚੱਲ ਗਏ। ਉਸ ਤੋਂ ਪਹਿਲਾਂ ਜਰਾ ਪਿਛਲੇ ਹਫ਼ਤੇ ਦਾ ਚਰਚਾ ਚੱਲਦੀ ਪਈ ਹੈ, ਜਿਹੜਾ ਕਿ ਪੌਰਸ਼ ਕਾਂਡ, ਜਿਹੜਾ ਉਹਦੀ ਬੜੀ ਜ਼ਿਆਦਾ ਚਰਚਾ। ਮਤਲਬ ਪੌਰਸ਼ ਕਾਂਡ ਕਿਹੜਾ ਮਿੰਟੂ ਜੀ, ਉਹਨੇ ਤਾਂ ਮਿਲਾ ਦਾ ਵੀ ਕਾਂਡ ਨੇ ਅੱਗੇ ਜਾ ਕੇ ਬੜੇ ਹੋਰ ਕਾਂਡ ਕਰ ਦਿੱਤੇ ਆ। ਉਹ ਦੇਖ ਲਓ ਤੁਸੀਂ ਕਿ ਉੱਥੋਂ ਕੰਮ ਚੱਲਿਆ, ਉਸ ਤੋਂ ਬਾਅਦ ਜਾ ਕੇ ਮੈਨੂੰ ਲੱਗਦਾ ਵੀ ਅੱਗੇ ਕਹਿੰਦੇ ਕਿ ਬਈ ਡਾਕਟਰਾਂ ਨੇ ਵੀ ਕਾਂਡ ਕਰ ਦਿੱਤੇ ਵਿੱਚ ਉਹਦੇ ਆ ਕੇ, ਹੋਰ ਪਤਾ ਨਹੀਂ ਕਿਹਨੇ ਕਿਹਨੇ ਕਾਂਡ ਕੀਤੇ ਹੋਣਗੇ ਮਿੰਟੂ ਜੀ। ਦੇਖੋ ਉਹਦੇ 'ਚ ਇੱਕ ਚੀਜ਼ ਇਹ ਵੀ ਵੇਖਣ ਵਾਲੀ ਹੈ ਨਾ ਕਿ ਮਾਪੇ ਕਿਵੇਂ ਫਸ ਗਏ ਜੀ, ਅਤੇ ਉਹਨਾਂ ਨੇ ਅੰਤਲੇ ਕਹਿ ਲਓ ਕਿ ਪੜਾਅ ਤੱਕ ਜ਼ੋਰ ਲਾਇਆ ਕਿ ਮੁੰਡਾ ਕਢਾ ਲਈਏ ਜੀ। ਅੱਛਾ, ਗੱਲ ਕੀ ਹੋਈ ਕਿ ਮੁੰਡਾ ਬਾਰ੍ਹਵੀਂ 'ਚੋਂ ਪਾਸ ਹੋ ਗਿਆ, ਅਤੇ ਜਿਸ ਤਰ੍ਹਾਂ ਹੁਣ ਅਮੀਰਾਂ ਦੇ ਕਾਕੇ ਹੁੰਦੇ ਆ, ਕਹਿੰਦਾ ਪਾਰਟੀ ਕਰਨੀ ਆ। ਹੈਗਾ ਉਹ ਮਤਲਬ ਕਿ 2 ਕੁ ਮਹੀਨੇ ਘੱਟ 18 ਦਾ ਹੈ। ਅੱਛਾ ਜੀ, 2 ਕੁ ਮਹੀਨੇ ਘੱਟ ਆ। ਪਿਓ ਦਾ ਕ੍ਰੈਡਿਟ ਕਾਰਡ ਲੈ ਗਿਆ, ਜਾ ਕੇ ਪੱਬ 'ਚ ਦਾਰੂ ਪੀਤੀ ਨੇ, ਨਾਲ ਹੋਰ ਵੀ ਸੀਗੇ ਮੁੰਡੇ, ਉੱਥੋਂ ਕੰਮ ਬੰਦ ਹੋ ਗਿਆ ਅਤੇ ਜਾ ਕੇ ਦੂਸਰੇ ਪੱਬ 'ਚ ਪੀਂਦੇ ਰਹੇ ਦਾਰੂ ਜੀ। ਹਿਸਾਬ ਲਾ ਲਓ, ਇੰਨੀ ਦਾਰੂ ਪੀਤੀ 48,000 ਰੁਪਏ ਦਾ ਬਿੱਲ ਜਿਹੜਾ ਉਹ ਪੇ ਕੀਤਾ ਗਿਆ ਜੀ। ਉਸ ਤੋਂ ਬਾਅਦ ਹੁਣ ਦਾਰੂ ਦਾ ਨਸ਼ਾ ਚੜ੍ਹ ਜਾਂਦਾ, ਤੁਹਾਨੂੰ ਪਤਾ ਹੀ ਆ ਵੀ ਜੇ ਸਾਰੀ ਰਾਤ ਹੁਣ ਸੌਂਗੇ ਨਹੀਂ ਤਾਂ ਦਾਰੂ ਚੜ੍ਹੂਗੀ, ਇਹਨਾਂ ਦੇ ਸਿਰ ਨੂੰ ਚੜ੍ਹ ਗਈ। ਸਵੇਰੇ 2-3 ਦਾ ਟਾਈਮ ਸੀਗਾ, ਉਸ ਵੇਲੇ ਇੱਕ ਬਾਈਕ 'ਤੇ 2 ਇੰਜੀਨੀਅਰ ਜਾ ਰਹੇ ਸਨ, ਸ਼ਾਇਦ ਕੁੜੀ ਮੁੰਡਾ ਸੀ, ਉਹਨਾਂ ਨੂੰ ਹਿੱਟ ਕੀਤਾ ਇਹਨਾਂ ਨੇ, ਅਤੇ ਗਾਂਹ ਗੱਡੀ ਜਿਹੜੀ ਹੈ ਉਹ ਕਿਸੇ ਹੋਰ ਗੱਡੀ 'ਚ ਜਾ ਕੇ ਵੱਜ ਕੇ ਅਤੇ ਰੁਕ ਗਏ। ਉੱਥੇ ਤੁਹਾਨੂੰ ਪਤਾ ਪੂਨੇ ਹੋਵੇ, ਮੁੰਬਈ ਹੋਵੇ, ਇਹਨਾਂ ਸ਼ਹਿਰਾਂ 'ਚ ਸਮਝ ਲਓ ਕਿ ਦੁਨੀਆਦਾਰੀ ਖੜ੍ਹਦੀ ਨਹੀਂ ਕਦੇ, ਨਾ ਦਿਨੇ ਰਾਤ ਬਿਲਕੁਲ ਚੱਲਦੀ ਰਹਿੰਦੀ ਆ। ਉਹ ਜਿਹੜੇ ਲੋਕ ਉਸ ਵੇਲੇ ਉੱਥੇ ਸੜਕ 'ਤੇ ਖਲੋਤੇ ਸਨ, ਉਹਨਾਂ ਨੇ ਪਹਿਲਾਂ ਤਾਂ ਇਹਨਾਂ ਦਾ ਚੰਗਾ ਮਾਂਜਾ ਲਾਇਆ, ਫੜ ਕੇ ਪੀਤੀ ਸੀ ਇਹਨਾਂ ਨੇ। ਉੱਤੇ ਬਾਅਦ ਫਿਰ ਕੀ ਹੋਇਆ ਕਿ ਥਾਣੇ ਲੈ ਗਏ। ਜੱਗੋਂ 13ਵੀਂ ਗੱਲ ਇਹ ਹੋਈ, ਜਦੋਂ ਥਾਣੇ ਲੈ ਕੇ ਗਏ ਨਾ, ਹਿਸਾਬ ਲਾ ਲਓ ਕਿ ਜਿਹੜਾ ਪੀੜਤ ਹੈ ਉਹ ਇੱਕ ਦੱਸ ਰਿਹਾ ਸੀਗਾ, ਮੈਂ ਪੜ੍ਹੀ ਆ ਇੱਕ ਨੈਸ਼ਨਲ ਮੀਡੀਆ ਉਸ ਦੀ ਰਿਪੋਰਟ, ਅਤੇ ਉਹਦੇ 'ਚ ਉਹ ਦੱਸ ਰਿਹਾ ਸੀਗਾ ਕਿ ਜਦ ਮੈਂ ਗਿਆ ਥਾਣੇ 'ਤੇ ਪੀਜ਼ਾ ਖਾ ਰਿਹਾ ਸੀਗਾ, ਅਮੀਰਜ਼ਾਦਾ ਜਿਹੜਾ ਹੈ ਉਹ ਪੀਜ਼ਾ ਖਾ ਰਿਹਾ ਸੀਗਾ। ਹੁਣ ਦੱਸਦੇ ਆ ਕਿ ਪੀਜ਼ੇ ਤੱਕ ਜਿਹੜੇ ਇਹ ਡਿਲੀਵਰੀਆਂ ਹੋ ਰਹੀਆਂ ਸੀਗੀਆਂ, ਇਹ ਸਾਰਾ ਕੁਛ ਉੱਥੇ ਜਾ ਕੇ ਬੰਦੋਬਸਤ ਕਰ ਰਿਹਾ ਸੀ ਅਜੀਤ ਪਵਾਰ ਦਾ ਇੱਕ ਖਾਸਮ ਖਾਸ MLA ਜੀ, ਯਾਨੀ ਸੱਤਾਧਾਰੀ ਧਿਰ ਦਾ। ਉਸ ਤੋਂ ਬਾਅਦ ਇੱਕ ਹੋਰ ਕਾਂਡ ਹੋ ਗਿਆ ਕਿ ਇਹਨੂੰ ਜੁਵੇਨਾਈਲ ਜਸਟਿਸ ਬੋਰਡ ਜਿਹੜਾ ਹੁੰਦਾ ਹੈ ਉਹਦੇ ਵਿੱਚ ਜਾ ਕੇ ਸਿਰਫ ਇਹ ਆਖਿਆ ਗਿਆ ਕਿ ਇੱਕ ਲੇਖ ਲਿਖ ਦੇ, ਕੁਝ ਕੁ ਦਿਨ ਟ੍ਰੈਫਿਕ 'ਚ ਕੰਮ ਕਰਦੇ ਜਾ ਭੱਜਾ। ਵਾਹ, ਕੀ ਬਾਤ! ਅੱਛਾ ਜੀ, ਹੁਣ 2 ਜਾਨਾਂ ਗਈਆਂ ਜੀ, 2 ਜਾਨਾਂ ਗਈਆਂ। ਤੁਹਾਡੇ ਕੋਲ ਸੰਵਿਧਾਨ ਦੇ ਵਿੱਚ ਬੰਦੋਬਸਤ ਇਸ ਤਰ੍ਹਾਂ ਦਾ ਹੈਗਾ ਕਿ ਨਾਬਾਲਗ ਅਤੇ ਬਾਲਗ ਵਾਲਾ ਮਾਮਲਾ ਚਲਾਇਆ ਜਾ ਸਕਦਾ ਜੀ। ਜਦੋਂ ਬਹੁਤ ਜ਼ਿਆਦਾ ਕੋਈ ਵੱਡਾ ਕ੍ਰਾਈਮ ਹੈ ਨਾ ਅੰਜਾਮ ਦਿੱਤਾ, ਤੁਹਾਨੂੰ ਯਾਦ ਹੋਣਾ ਕਿ 2012 'ਚ ਨਿਰਭਇਆ ਕਾਂਡ ਹੋਇਆ ਸੀਗਾ, ਉਹਦੇ 'ਚ ਇੱਕ ਨਾਬਾਲਗ ਨੂੰ ਨਾ ਸਿਰਫ ਛੱਡਣਾ ਪਿਆ ਸੀ ਬਲਕਿ ਸਕੀਮ ਦੇ ਵਿੱਚ ਉਹਨੂੰ ਇੱਕ ਸਿਲਾਈ ਮਸ਼ੀਨ 'ਤੇ 10,000 ਰੁਪਈਆ ਦਿੱਤਾ ਗਿਆ ਸੀ ਜੀ, ਜਿਸ ਤੋਂ ਬਾਅਦ ਬਹੁਤ ਵੱਡਾ ਵਿਰੋਧ ਹੋਇਆ ਅਤੇ ਅਖੀਰ ਫਿਰ ਇਹ ਪ੍ਰੋਵੀਜ਼ਨਲੀ ਕੁਛ ਚੀਜ਼ਾਂ ਜਿਹੜੀਆਂ ਉਹ ਐਡ ਆਨ ਕੀਤੀਆਂ ਗਈਆਂ ਜੀ। ਤਾਂ ਉਸ ਤੋਂ ਬਾਅਦ ਜਦੋਂ ਇਹ ਮਾਮਲਾ ਮੀਡੀਆ 'ਚ ਆਇਆ, ਫਿਰ ਲੋਕਾਂ ਨੇ ਬਹੁਤ ਲਾਪਾ ਕੀਤੀ ਇਹਨਾਂ ਦੇ। ਅਖੀਰ ਫਿਰ ਦਵਿੰਦਰ ਫੜਨਵੀਸ ਨੂੰ ਖੁਦ ਇੰਟਰਵੀਨ ਕਰਨਾ ਪਿਆ ਅਤੇ ਮਾਮਲਾ ਜਿਹੜਾ ਫਿਰ ਬਣ ਗਿਆ ਜੀ, 304A ਦੇ ਵਿੱਚ ਪਰਚਾ ਹੋ ਗਿਆ, ਮੁੰਡਾ ਅੰਦਰ ਚਲ ਗਿਆ।
ਹੁਣ ਉਹਦੇ ਦਾਦੇ ਨੇ ਕੀ ਕੀਤਾ ਅਤੇ ਉਹ ਵੀ ਕਾਬੂ ਆ ਗਿਆ। ਕਿਉਂਕਿ ਮੈਂ ਅੱਗੇ ਵੀ ਇੱਕ ਦਿਨ ਤੁਹਾਨੂੰ ਗੱਲ ਸ਼ਾਇਦ ਦੱਸੀ ਸੀ ਸੁਣਾਈ ਸੀ ਕਿ ਇਹੋ ਜਿਹੇ ਹੁਣ ਪ੍ਰਬੰਧ ਨੇ ਕਿ ਜੇ ਨਾਬਾਲਗ ਇਸ ਤਰ੍ਹਾਂ ਦੇ ਕੋਈ ਗਲਤੀ ਕਰਦਾ ਹੈ ਤਾਂ ਜਿਹੜਾ ਉਹਦਾ ਮਾਤਾ ਪਿਤਾ ਉਹ ਫਸ ਜਾਂਦਾ ਹੈ ਜੀ। ਕੁਛ ਕਾਨੂੰਨੀ ਬਦਲਾਅ ਨੇ, ਕਾਨੂੰਨੀ ਨੁਕਤੇ ਨਿਗਾਹ ਤੋਂ ਜੇ ਦੇਖੀਏ ਤਾਂ ਉਹ ਵੀ ਫਸ ਗਿਆ। ਦਾਦੇ ਨੇ ਕੀ ਕੀਤਾ ਕਿ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਗੱਡੀ ਉੱਦਣ ਚਲਾ ਹੀ ਨਹੀਂ ਸੀ ਰਿਹਾ ਜੀ, ਗੱਡੀ ਸਾਡਾ ਤਾਂ ਜਿਹੜਾ ਹੈਗਾ ਨਾ ਪਰਿਵਾਰ ਦਾ ਡਰਾਈਵਰ ਉਹ ਚਲਾ ਰਿਹਾ ਸੀਗਾ। ਉਹ ਗਰੀਬ ਨੂੰ ਕਿਹਾ ਹੋਣਾ ਕਿ ਬਾਈ ਤੂੰ ਆਪਦੇ ਸਿਰ 'ਤੇ ਲੈ ਲਾ ਜੀ ਅਤੇ ਤੇਰਾ ਬੰਦੋਬਸਤ ਕਰ ਦੇਵਾਂਗੇ। ਹਾਂ ਉਹ ਵਿਚਾਰਾ ਮਜਬੂਰੀ ਕਹਿ ਲਓ ਉਹਦੀ ਜੋ ਮਰਜ਼ੀ, ਕਿਉਂਕਿ ਇਹਦੀਆਂ ਸੀ ਸੀ ਟੀ ਵੀ ਫੁਟੇਜ ਵਗੈਰਾ ਜਿਹੜੀਆਂ ਉਹ ਨਿਕਲ ਆਈਆਂ ਸਨ, ਇਸ ਕਰਕੇ ਵੀ ਦਾ ਨਹੀਂ ਚੱਲਿਆ। ਅਖੀਰ ਇਹਨਾਂ ਨੇ ਕੀ ਕੀਤਾ ਕਿ ਦੋ ਡਾਕਟਰਾਂ ਦੇ ਨਾਲ ਮਿਲ ਕੇ ਜਿਹੜਾ ਉਹ ਬਲੱਡ ਦਾ ਨਮੂਨਾ ਲਿਆ ਸੀਗਾ ਉਹ ਬਦਲਾ ਦਿੱਤਾ, ਅਤੇ ਹਿਸਾਬ ਲਾ ਲਓ ਕਿ ਕਿਸੇ ਹੋਰ ਦਾ ਨਮੂਨਾ ਚੱਕ ਕੇ ਚੇਪ ਦਿੱਤਾ। ਜਦੋਂ ਫਿਰ ਕੋਰਟ ਦੇ ਵਿੱਚ ਗਿਆ, ਔਰਡਰ ਹੋਇਆ, ਦੁਬਾਰਾ ਦੂਜੀ ਥਾਂ ਤੋਂ ਨਮੂਨਾ ਜਿਹੜਾ ਚੈੱਕ ਕਰਵਾਇਆ ਗਿਆ ਅਤੇ ਉਹਦੇ ਵਿੱਚ ਅਲਕੋਹਲ ਆ ਹੀ ਜਾਣੀ ਸੀਗੀ। ਹੁਣ ਦੋ ਡਾਕਟਰ ਵੀ ਇਸ ਮਾਮਲੇ ਦੇ ਵਿੱਚ ਰਗੜੇ ਗਏ ਨੇ। ਤੁਸੀਂ ਹਿਸਾਬ ਲਾ ਲਓ, ਮੰਨ ਗਏ ਕਿ ਉਹ ਜਿਹੜੇ ਸੈਂਪਲ ਸੀਗੇ ਉਹ ਇਹਨਾਂ ਨੇ ਉਹ ਜਿਹੜਾ ਕੋਈ ਕੂੜੇਦਾਨ ਸੀ ਉਹਦੇ ਵਿੱਚ ਸੁੱਟ ਦਿੱਤੇ, ਅਤੇ ਜਿਹੜੇ ਕਿਸੇ ਹੋਰ ਦੇ ਸੈਂਪਲ ਸੀਗੇ ਉਹ ਨਾਲ ਲਾ ਦਿੱਤੇ। ਅਤੇ ਤੁਸੀਂ ਦੇਖ ਲਓ ਕਿ ਸਿਸਟਮ ਇਹਦੇ ਵਿੱਚ ਸਿਆਸਤ ਵੀ ਆ ਗਈ, ਇਹਦੇ ਵਿੱਚ ਅਮੀਰਜ਼ਾਦੇ ਦੀਆਂ ਆਦਤਾਂ ਵੀ ਆ ਗਈਆਂ, ਅਤੇ ਇਹਦੇ ਵਿੱਚ ਆ ਵੇਖ ਲਓ ਡਾਕਟਰੀ ਲਾਈਨ ਜਿਹੜੀ ਉਹ ਵੀ ਬਦਨਾਮ ਹੋ ਗਈ ਆ ਜੀ। ਜੀ 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 ਅੰਮ੍ਰਿਤਪਾਲ ਜੀ ਕਹਿੰਦੇ ਪਏ ਆ ਦੋ ਪਰਿਵਾਰਾਂ ਨੂੰ ਉਜਾੜ ਕੇ ਇੱਕ ਲੇਖ ਲਿਖ ਕੇ ਛੁੱਟ ਜਾਵੇ ਜੀ, ਇਹ ਕਿਹੜਾ ਕਾਨੂੰਨ ਆ ਜੀ, ਕਹਿੰਦੇ ਕਿ ਬਈ ਮੰਦੀ ਬਸ ਸਾਰੀ ਸੈਟਿੰਗ ਹੋ ਗਈ। ਹਾਂ ਸਾਰਾ ਮਾਮਲਾ ਸੈੱਟ ਹੋ ਗਿਆ ਨਾ ਜੀ। ਜੀ 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 ਤਾਂ ਬਿਲਕੁਲ ਜੀ। ਇਹਦੇ ਨਾਲ ਹੀ ਉੱਪਰਲੇ ਪਾਸੇ ਇੱਕ ਵੀਰ ਦਾ ਕਮੈਂਟ ਸੀਗਾ ਜੀ, ਕਹਿੰਦੇ ਕਿ ਜਸ਼ਨ ਫਾਰਮਾ ਕਰਕੇ ਕਹਿੰਦੇ ਕਿ ਨਾਲੇ ਤੁਹਾਡਾ ਪ੍ਰੋਗਰਾਮ ਸੁਣੀ ਇਹਨੇ, ਨਾਲੇ ਮਰੀਜ਼ਾਂ ਨੇ ਇੰਜੈਕਸ਼ਨ ਲਾਈ ਇਹਨੇ ਜੀ। ਚਲੋ ਧੰਨਵਾਦ ਬਾਈ, ਡਾਕਟਰ ਦੀ ਕੋਈ ਗੱਲ ਹੋ ਰਹੀ ਹੈ। ਹਾਂ ਪਰ ਬਾਈ ਗੱਲ ਇਹ ਆ ਵੀ ਅਤੇ ਮਰੀਜ਼ਾਂ ਦਾ ਇਲਾਜ ਵਧੀਆ ਕਰਿਓ, ਬਸ ਸਾਡੀ ਇਹ ਗੁਜ਼ਾਰਿਸ਼ ਆ। ਹਾਂਜੀ ਹਾਂਜੀ ਨਹੀਂ ਨਹੀਂ ਸਹੀ ਹੈ, ਧਿਆਨ ਨਾਲ ਟੀਕਾ ਲਾਇਓ ਕਿਤੇ ਜੀ। ਉਹ ਇੱਕ ਵਾਰੀ ਉਹ ਗੱਲ ਸੁਣਾਉਂਦੇ, ਸਾਡੇ ਪਿੰਡ ਦਾ ਗਿਆ ਸੀ, ਉਹ ਡਾਕਟਰ ਦਾ ਕਾਫੀ ਨਾਂ ਸੀਗਾ ਉਸ ਟਾਈਮ ਜੀ, ਅਤੇ ਭੀੜ ਭੂੜ ਚੰਗੀ ਹੁੰਦੀ ਸੀ, ਕਹਿੰਦੇ ਵੀ ਡਾਕਟਰ ਚਲਾਵਾਂ ਹੀ ਕੰਮ ਕਰਦਾ ਸੀ, ਅਤੇ ਉਹ ਕਹਿੰਦਾ ਵੀ ਉਹਨੇ ਟੀਕਾ ਲਾਇਆ ਅਤੇ ਮੁੜ ਕੇ ਹੁਣ ਉਹਨੂੰ ਨੇ ਆਇਆ ਯਾਰ ਡਾਕਟਰ ਨੇ ਤਾਂ ਬਈ ਪਤਾ ਹੀ ਨਹੀਂ ਲੱਗਣ ਦਿੱਤਾ, ਅਤੇ ਬਾਹਰ ਜਦੋਂ ਨਿਕਲਿਆ ਕਹਿੰਦਾ ਬਟੂਆ 'ਚ ਆਉਂਦਾ ਆਵੇ, ਉਹ ਕਿਤੇ ਬਟੂਏ 'ਚ ਠੋਕ ਦਿੱਤਾ ਜੀ। ਜੀ ਇੱਦਾਂ ਵੀ ਹੋ ਜਾਂਦਾ ਜੀ ਜੀ, ਇੱਦਾਂ ਤਾਂ ਇਹਦੇ ਨਾਲ ਹੀ ਆਪਾਂ ਗੱਲਬਾਤ ਨੂੰ ਅੱਗੇ ਵੱਲ ਨੂੰ ਤੁਰ ਗਏ ਜੀ। ਤਾਂ ਇੱਧਰਲੇ ਪਾਸੇ ਤੋਂ ਕਮੈਂਟ ਖਾਸੇ ਆਉਂਦੇ ਪਏ, ਕੋਈ ਗੱਲ ਨਹੀਂ ਬਈ, ਆਪਾਂ ਫਰੀਦਕੋਟ ਦੀ ਗੱਲਬਾਤ ਵੀ ਕਰ ਲਾਂਗੇ, ਹੋਰ ਸੀਟਾਂ 'ਤੇ ਵੀ ਆਪਾਂ ਗੱਲਬਾਤ ਕਰਦੇ ਚੱਲਾਂਗੇ ਜੀ। ਚਲੀਏ ਮਿੰਟ, ਫਰੀਦਕੋਟ ਦੇਖ ਲਓ ਕਿੰਨੀ ਹੌਟ ਸੀਟ ਬਣ ਗਈ ਹੈ ਦਿਨਾਂ ਦੇ ਵਿੱਚ ਹੀ ਹੋ ਗਿਆ ਫਰੀਦਕੋਟ ਤਾਂ ਪੂਰਾ ਚਰਚਾ ਜੀ। ਤਾਂ ਫਰੀਦਕੋਟ ਨੂੰ ਛੱਡੀਏ ਮਿੰਟੂ ਜੀ, ਇੱਕ ਪਾਸੇ ਤੋਂ ਆਪਾਂ ਸ਼ੁਰੂ ਕਰੀਏ ਜਰਾ। ਆਮ ਆਦਮੀ ਪਾਰਟੀ ਦੇ ਦੱਸਦੇ ਆ ਕਹਿੰਦੇ ਕਿ ਮੰਤਰੀ ਸਾਹਿਬ ਨੇ ਇੱਕ ਉਹਨਾਂ ਦੀ ਵੀਡੀਓ ਦੀ ਚਰਚਾ ਹੋ ਰਹੀ ਹੈ, ਕਹਿੰਦੇ ਕਿ ਬਾਈ ਪੱਤਰਕਾਰਾਂ ਤੱਕ ਵੀ ਆਈ ਆ, ਮੈਨੂੰ ਵੀ ਇੱਕ ਮੈਸੇਜ ਆ ਗਿਆ ਸਵੇਰੇ ਸਵੇਰੇ, ਕਹਿੰਦੇ ਬਾਈ ਜੇ ਵੀਡੀਓ ਆ ਗਈ ਤਾਂ ਭੇਜ ਦੇ। ਮੈਂ ਕਿਹਾ ਭਰਾਵਾ ਮੇਰੇ ਕੋਲ ਤਾਂ ਆਪਣੀ ਹਾਲੇ ਤੱਕ ਤਾਂ ਆਲਰੇਡੀ ਇੱਕ ਤੁਸੀਂ ਕੀਤੀ ਹੋਣੀ ਆ ਕਿ ਆ ਜਾਵੇ ਕਿਸੇ ਪਾਸੇ। ਹਾਂ ਮੈਂ ਦੇਖੀ, ਮੈਂ ਕਿਹਾ ਕੀ ਪਤਾ ਪ੍ਰੋਗਰਾਮ ਤੋਂ ਪਹਿਲਾਂ ਆ ਜੇ, ਚਲੋ ਠੀਕ ਹੈ। ਅਤੇ ਪਰ ਨਹੀਂ, ਉਹ ਵੀਡੀਓ ਆਈ ਹੈਗੀ ਆ, ਕਹਿੰਦੇ ਕਿ ਬਾਈ ਮਿਲਿਆ ਤਾਂ ਕਿਤੇ ਉਹੀ ਤਾਂ ਨਹੀਂ ਕਿਤੇ ਮਜੀਠੀਆ ਸਾਹਿਬ ਜਿਹੜੀ ਕਹਿੰਦੇ ਸੀਗੇ, ਹੁਣ ਪਤਾ ਨਹੀਂ ਹੈ ਬਾਈ। ਹਾਂਜੀ ਉਹ ਰਾਜਪਾਲ ਨੂੰ ਫੜਾ ਕੇ ਵੀ ਆਏ ਸੀਗੇ, ਤੁਹਾਨੂੰ ਯਾਦ ਹੋਣਾ। ਹੁਣ ਇਹ ਨਹੀਂ ਪਤਾ ਫਿਰ ਬਾਹਰ ਕਿਵੇਂ ਨਿਕਲ ਗਈ। ਦੇਖੋ ਇਲੈਕਸ਼ਨ ਚੱਲਦਾ ਪਿਆ, ਜਿਹੜਾ ਮੰਤਰੀ ਜਿਹਦਾ ਇਸ ਵੇਲੇ ਚਰਚਾ ਹੈ ਸੁਖਪਾਲ ਸਿੰਘ ਖਹਿਰਾ ਨੇ ਤਾਂ ਅੱਜ ਸਵੇਰੇ ਲਾਈਵ ਕਰਕੇ ਨਾ ਹੀ ਲੈ ਦਿੱਤਾ ਬਲਕਾਰ ਸਿੰਘ, ਸਥਾਨਕ ਸਰਕਾਰਾਂ ਦੇ ਜਿਹੜੇ ਮੰਤਰੀ ਹੈ। ਹੁਣ ਸੁਖਪਾਲ ਸਿੰਘ ਖਹਿਰਾ ਦੇ ਨਾਲ ਕੁਝ ਗੱਲਾਂ ਹੋਰ ਵੀ ਜੋੜੀਆਂ ਕਿ ਯਾਰ ਵੇਖ ਲਓ ਸਾਡੀ ਨੈਤਿਕਤਾ ਕਿੱਧਰ ਨੂੰ ਚਲੇ ਗਈ ਆ। ਬਿਲਕੁਲ ਦਰੁਸਤ ਆ ਗੱਲ, ਤੁਸੀਂ ਅੰਦਾਜ਼ਾ ਲਾ ਲਓ ਕਿ ਵੀ ਕੋਈ ਮੌਕਾ ਸੀਗਾ ਆਮ ਆਦਮੀ ਪਾਰਟੀ ਦਾ, ਉਹ ਸੰਦੀਪ ਫਸ ਗਿਆ, ਇਸੇ ਤਰ੍ਹਾਂ ਦਾ ਮਾਮਲਾ ਸੀਗਾ ਰਾਸ਼ਨ ਕਾਰਡ ਜਿਹਦੇ ਤੋਂ ਮਸ਼ਹੂਰ ਹੋ ਗਿਆ। ਤਾਂ ਉਹ ਤੋਂ ਬਾਅਦ ਇਹਨਾਂ ਨੇ
ਕੋਈ ਜ਼ਿਆਦਾ ਸਮਾਂ ਨਹੀਂ ਸੀ ਪਾਇਆ ਨਾਲ ਦੀ ਨਾਲ ਪਾਰਟੀ 'ਚੋਂ ਕੱਢ ਕੱਤਿਆ। ਪਰ ਆਪਾਂ ਦੇਖਿਆ ਚਾਹੇ ਮਾਮਲਾ ਪਹਿਲੀ ਵੀਡੀਓ ਦਾ ਹੋਵੇ ਜਿਹੜੀ ਆਈ ਸੀਗੀ ਇੱਕ ਇਹਨਾਂ ਦੇ ਵਜ਼ੀਰ ਦੀ, ਚਾਹੇ ਦੂਜਾ, ਕਿਉਂਕਿ ਰੌਲਾ ਪੈਣ ਨੂੰ ਤਾਂ ਕਈ ਮਹੀਨੇ ਹੋ ਗਏ ਨਾ ਜੀ। ਆਪਾਂ ਖਬਰ ਵੀ ਕੀਤੀ ਸੀ ਸ਼ਾਇਦ ਉਸ ਦਿਨ, 4 ਮਹੀਨੇ ਹੋ ਗਏ ਹੋਣੇ ਮੈਨੂੰ ਲੱਗਦਾ।